ਅਸਲਾਮੁ ਅਲੈਕੁਮ ਵਰਹਿਮਤੁਲਲਾਹ ਵਬਰਕਾਤਹੂ ਮੇਰੇ ਦੋਸਤੋ, ਅੱਜ ਜੁਮਾ ਮੁਬਾਰਕ ਸੀ ਅਤੇ ਜੁਮਾ ਮੁਬਾਰਕ ਬੜੀ ਵੱਡੀ ਫਸੀਲਤ ਵਾਲਾ ਦਿਨ ਹੈ ਅਤੇ ਸਾਰੇ ਲੋਕਾਂ ਨੂੰ 5 ਵਕਤ ਨਮਾਜ਼ ਪੜ੍ਹਨੀ ਚਾਹੀਦੀ ਹੈ, ਨਮਾਜ਼ ਪੜ੍ਹਨੀ ਚਾਹੀਦੀ ਹੈ, ਜੁਮਾ ਪੜ੍ਹਨਾ ਚਾਹੀਦਾ, ਅੱਲਾ ਦਾ ਜ਼ਿਕਰ ਕਰਨਾ ਚਾਹੀਦਾ। ਹਰ ਜੁਮੇ ਦੇ ਵਿੱਚ 80 ਵਾਰ ਦਰੂਦ ਸ਼ਰੀਫ ਪੜ੍ਹਿਆ ਹੋਵੇ ਨਾ, 80 ਸਾਲ ਦੇ ਗੁਨਾਹ ਅੱਲਾ ਪਾਕ ਮਾਫ਼ ਕਰ ਦਿੰਦਾ। ਮੇਰੇ ਦੋਸਤੋ, ਇਹ ਇਬਾਦਤ ਜਿਹੜੀ ਹੈ ਨਾ, ਅੱਲਾ ਦੀ ਕਰਨੀ। ਕਹਿੰਦੇ ਨੇ ਅੱਲਾ ਦੀ ਇਬਾਦਤ ਨਾਲ ਆਪਣੇ ਜਿਸਮ ਨੂੰ ਤਰ ਰੱਖੋ, ਅੱਲਾ ਪਾਕ ਬੜਾ ਰਾਜ਼ੀ ਹੁੰਦਾ। 100 ਬੰਦਾ ਬਿਮਾਰੀ ਤੋਂ ਬਚਦਾ, ਪਰੇਸ਼ਾਨੀ ਤੋਂ ਬਚਦਾ, ਘਰ 'ਚ ਖੁਸ਼ਹਾਲੀਆਂ ਆਉਂਦੀਆਂ। ਮੇਰੇ ਦੋਸਤੋ, ਵੇਖੋ ਨਾ, ਦੁਬਈ ਦੇ ਵਿੱਚ ਜਿੱਥੇ ਅੱਲਾ ਪਾਕ ਨੇ ਆਪਣੇ ਭੇਜੇ ਫਰਿਸ਼ਤੇ ਅਤੇ ਆਪਣੇ, ਤਾਂ ਉਹ ਆ ਕੇ ਉੱਥੇ ਬੁੱਤਾਂ ਨੂੰ ਖਤਮ ਕੀਤਾ ਉਹਨਾਂ ਨੇ। ਉੱਥੇ ਬੁੱਤ ਮਕਾਏ, ਅਰਬਾਂ ਦੇ ਜਿੰਨੇ ਇਲਾਕੇ ਸਨ ਨਾ, ਉੱਥੇ ਅੱਲਾ ਦੇ ਪਿਆਰੇ ਨਬੀ ਵੀ ਆਏ ਅਤੇ ਉਹਨਾਂ ਨੇ ਆ ਕੇ ਬੁੱਤ ਖਤਮ ਕੀਤੇ। ਬੁੱਤ ਖਤਮ ਕੀਤੇ, ਬੁੱਤਾਂ ਦੀ ਖਾਤਰ ਜੰਗਾਂ ਵੀ ਹੋਈਆਂ। ਅੱਜ ਦੁਬਈ ਵਾਲਿਆਂ ਨੇ ਉੱਥੇ ਪੈਸਿਆਂ ਦੀ ਖਾਤਰ ਹਿੰਦੂਆਂ ਦਾ ਮੰਦਰ ਬਣਾਇਆ, ਉਹਨਾਂ ਨੇ ਮੰਦਰ ਬਣਾਇਆ। ਵੇਖੋ ਅੱਲਾ ਪਾਕ ਨੇ ਉਹਨਾਂ ਦਾ ਕੀ ਹਾਲ ਕੀਤਾ ਹੈ। ਹਲੇ ਉਹਨਾਂ ਨੂੰ ਅੱਲਾ ਪਾਕ ਨੇ ਸਿਰਫ ਟੇਲਰ ਵਹਾਇਆ, ਅੱਗੋਂ ਵੇਖਣਾ ਤੁਸੀਂ ਅੱਲਾ ਪਾਕ ਨੇ ਕੀ ਉਹਨਾਂ ਦਾ ਬੇੜਾ ਗਰਕ ਕਰਨਾ। ਜਿਹੜੇ ਲੋਕ ਇਸ ਚੀਜ਼ਾਂ ਨੂੰ, ਬੁੱਤ ਮਜ਼ਹਬੀ ਨੂੰ, ਜਾਂ ਜਿਹੜੇ ਲੋਕ ਸਾਡੇ ਸਲਾਮ ਦੇ ਖਿਲਾਫ਼ ਨੇ, ਕਲਮੇ ਦੇ ਖਿਲਾਫ਼ ਨੇ, ਨਬੀ ਦੇ ਖਿਲਾਫ਼ ਨੇ, ਉਹਨਾਂ ਲੋਕਾਂ ਦੇ ਨਾਲ ਸਾਡੀ ਕੋਈ ਦੋਸਤੀ ਨਹੀਂ, ਉਹਨਾਂ ਲੋਕਾਂ ਨਾਲ ਸਾਡੀ ਕੋਈ ਯਾਰੀ ਨਹੀਂ, ਉਹਨਾਂ ਲੋਕਾਂ ਨਾਲ ਸਾਡਾ ਕੋਈ ਕਾਰੋਬਾਰ ਨਹੀਂ। ਦੇਖੋ ਨਾ, ਮਸਜਿਦ ਏ ਅਕਸਾ ਜਿਹਦੇ ਵਿੱਚ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਨਮਾਜ਼ਾਂ ਪੜ੍ਹਾਈਆਂ, ਫਰਿਸ਼ਤਿਆਂ ਨੂੰ, ਨਬੀਆਂ ਨੂੰ ਨਮਾਜ਼ਾਂ ਪੜ੍ਹਾਈਆਂ, ਉਹ ਬੈਤਲ ਮੁਕੱਦਸ, ਇਹਦੀ ਮੁਕੱਦਸ ਜਗ੍ਹਾ ਹੈਗੀ ਹੈ ਜਿੱਥੇ ਅੱਜ ਕੱਲ੍ਹ ਫਲਸਤੀਨ ਦੇ ਉੱਤੇ ਇੰਨਾ ਜ਼ੁਲਮ ਕਰ ਰਿਹਾ ਇਸਰਾਈਲ। ਕੋਈ ਮੁਸਲਮਾਨ ਐਸਾ ਮੁਲਕ ਨਹੀਂ ਹੈਗਾ ਕਿ ਜਿਹੜੇ ਇੱਕਦਮ ਹੋ ਜਾਣ ਸਾਰੇ ਅਤੇ ਜਾ ਕੇ ਉਹਨੂੰ ਮਾਰਨ ਕੁੱਟਣ, ਅਤੇ ਸਾਡਾ ਜਿਹੜਾ ਕਾਬਾ ਹੈ, ਬੈਤਲ ਮੁਕੱਦਸ ਹੈ, ਉਹਨੂੰ ਆਜ਼ਾਦ ਕਰਾਉਣ। ਮੁਸਲਮਾਨ ਜਹਾਦ ਕਰਨਾ ਗਏ ਨੇ ਛੱਡ, ਜਹਾਦ ਕਰਨਾ ਜਦੋਂ ਮੁਸਲਮਾਨ ਛੱਡ ਦੇਣਗੇ ਨਾ, ਅਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਕਿ ਜਦੋਂ ਮੁਸਲਮਾਨ ਜਹਾਦ ਕਰਨਾ ਛੱਡ ਦੇਣਗੇ ਤਾਂ ਉਹਨਾਂ ਦਾ ਖਾਨਾ ਖਰਾਬ ਹੋ ਜਾਏਗਾ, ਬੇੜਾ ਗਰਕ ਹੋ ਜਾਏਗਾ ਉਹਨਾਂ ਦਾ, ਕਦੀ ਵੀ ਉਹ ਤਰੱਕੀ ਨਹੀਂ ਕਰ ਸਕਦੇ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਫਲਸਤੀਨ ਨੂੰ ਆਜ਼ਾਦ ਕਰਾਉਣਾ ਚਾਹੀਦਾ, ਠੀਕ ਹੈ ਜੀ। ਦੇਖੋ ਨਾ, ਹੁਣ ਸਾਰੇ ਪਾਸੇ ਤੁਸੀਂ ਸਿੱਖਾਂ ਹਿੰਦੂਆਂ ਦੀਆਂ ਗੱਲਾਂ ਮੰਨੋਗੇ, ਹੈ ਜੀ, ਅਤੇ ਬੁੱਤ ਮਜ਼ਹਬਾਂ ਦੀਆਂ ਗੱਲਾਂ ਮੰਨੋਗੇ, ਅਤੇ ਉਹਨਾਂ ਨੇ ਤਾਂ ਪੂਜਾ ਕਰਨੀ ਹੈ ਬੁੱਤਾਂ ਦੀ, ਅਤੇ ਉਹ ਸਾਨੂੰ ਵੀ ਇਸ ਪਾਸੇ ਲਾਣ, ਸਾਡੀ ਅੱਗੇ ਜਿਹੜੇ ਆਲੋ ਲਾਦਾ ਨੇ ਉਹਨਾਂ ਨੂੰ ਵੀ ਇਸ ਪਾਸੇ ਲਾਣ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਇਲਾਕਿਆਂ 'ਚ ਬਰਦਾਸ਼ਤ ਨਹੀਂ ਕਰ ਸਕਦੇ। ਸਾਰੇ ਲੋਕਾਂ ਨੂੰ ਮਿਲ ਕੇ ਚਾਹੀਦਾ ਕਿ ਇਸ ਫਲਸਤੀਨ ਦੇ, ਕਸ਼ਮੀਰ ਦੇ, ਬਰਮਾ ਦੇ ਵਿੱਚ ਕਿੰਨੇ ਜ਼ੁਲਮ ਹੋਏ, ਇਹ ਸਾਰਿਆਂ ਦੇ ਖਿਲਾਫ਼ ਜਿਹੜਾ ਨਾ, ਮੁਸਲਮਾਨਾਂ ਨੂੰ ਇੱਕ ਤਰਫ ਹੋਣਾ ਚਾਹੀਦਾ। ਸਾਰੇ ਮੁਸਲਮਾਨ ਇਕੱਠੇ ਹੋ ਜਾਓ, ਇਹਨਾਂ ਕਾਫਰਾਂ ਯਹੂਦੀਆਂ ਨੂੰ, ਚਿੰਬੜ ਚਰਸਾਈਆਂ ਨੂੰ, ਇਹ ਜਿਹੜੇ ਹੈਗੇ ਨੇ ਸਾਈ, ਇਹਨਾਂ ਦਾ ਬੇੜਾ ਗਰਕ ਕਰਨਾ ਚਾਹੀਦਾ, ਇਹਨਾਂ ਨੂੰ ਇੱਥੋਂ ਨਸਾਉਣਾ ਚਾਹੀਦਾ, ਇਹਨਾਂ ਨੂੰ ਮਾਰਨਾ ਚਾਹੀਦਾ, ਇਹਨਾਂ 'ਤੇ ਮਾਰਨਾ ਸਵਾਬ ਹੈ। ਦੇਖੋ ਨਾ ਜੀ, ਇਹਨਾਂ ਨੇ ਜੰਨਤ ਕੋਈ ਨਹੀਂ, ਇਹਦੇ ਦੋਜ਼ਖੀ ਨੇ, ਇਹਨਾਂ ਨੇ ਦੋਜ਼ਖ 'ਚ ਸੜਨਾ। ਦੋਜ਼ਖ ਦੇ ਬਾਲਣ ਜਿਹਨੂੰ ਕਹਿੰਦੇ ਨੇ ਨਾ, ਦੋਜ਼ਖ ਦਾ ਬਾਲਣ, ਇਹ ਦੋਜ਼ਖ ਦਾ ਬਾਲਣ ਨੇ। ਅੱਲਾ ਪਾਕ ਸਾਨੂੰ ਸਾਰਿਆਂ ਨੂੰ, ਮੁਸਲਮਾਨਾਂ ਨੂੰ,
ਅੱਲਾ ਪਾਕ ਦੀ ਤਾਬਿਆਦਾਰੀ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤਾਬਿਆਦਾਰੀ ਕਰਨ ਦੀ ਤੌਫੀਕ ਤਾ ਫਰਮਾਵੇ, 5 ਵਕਤ ਨਮਾਜ਼ ਪੜ੍ਹਨ ਦੀ ਤੌਫੀਕ ਤਾ ਫਰਮਾਵੇ, ਸੱਚ ਬੋਲਣ ਦੀ ਤੌਫੀਕ ਤਾ ਫਰਮਾਵੇ, 2 ਨੰਬਰ ਚੀਜ਼ਾਂ ਵੇਚਣ ਦੀ ਜਿਹੜੀ ਅੱਲਾ ਪਾਕ ਜਿਹੜੇ ਲੋਕ ਇਹ ਕੰਮ ਕਰਦੇ ਨੇ, ਇਹ ਦੁੱਧ 2 ਨੰਬਰ ਵਿਕਦਾ, ਬਹੁਤ ਸਾਰੀਆਂ ਚੀਜ਼ਾਂ ਨੇ 2 ਨੰਬਰ, ਅੱਲਾ ਪਾਕ ਇਹਨਾਂ ਲੋਕਾਂ ਨੂੰ ਵੀ ਨੇਕੀ ਦੀ ਹਦਾਇਤ ਤਾ ਫਰਮਾਵੇ, ਅਤੇ ਸਾਰੇ ਲੋਕ ਮੁਸਲਮਾਨ ਸਹੀ ਹੋ ਜਾਓ। ਕਿਆਮਤ ਆਉਣ ਵਾਲੀ ਹੈ ਅਤੇ ਮੁਸਲਮਾਨ ਭਰਾਓ, ਭੈਣੋ, ਬੇਟੀਓ, ਤਮਾਮ ਦੁਨੀਆ ਜਿਤਨੇ ਵੇਖੋ, ਨੈੱਟ ਨੇ ਸਾਨੂੰ ਨੰਗਿਆਂ ਕਰਕੇ ਰੱਖ ਦਿੱਤਾ। ਹਰ ਬੀਬੀ ਘਰ ਨੱਚਦੀ ਪਈ ਹੈ, ਹਰ ਬੇਟੀ ਨੱਚਣ ਡਈ ਹੈ, ਹਰ ਭੈਣ ਨੱਚਦੀ ਪਈ ਹੈ। ਨਾ ਉਹਦੇ ਜਿਸਮ ਦਾ ਪਤਾ ਲੱਗਦਾ, ਨਾ ਉਹਦੀ ਸ਼ਕਲ ਦਾ ਪਤਾ ਲੱਗਦਾ, ਕੀ ਹਾਲਾਤ ਬਣੇ ਪਏ ਨੇ। ਇਹ ਦੋਜ਼ਕ ਦਾ ਬਾਲਣ ਬਣਨ ਵਾਸਤੇ ਸਾਰੇ ਲੋਕ ਇਹ ਕੰਮ ਕਰ ਰਹੇ ਨੇ। ਨਮਾਜ਼ਾਂ ਛੱਡ ਦਿੱਤੀਆਂ ਇਹਨਾਂ ਨੇ, ਅੱਲਾਹ ਦਾ ਜ਼ਿਕਰ ਛੱਡ ਦਿੱਤਾ, ਸਾਰੀ ਸਾਰੀ ਰਾਤ ਮੋਬਾਈਲ ਵੇਖਦੇ ਨੇ। ਮਾਵਾਂ ਵੀ, ਪੁੱਤਰ ਵੀ, ਧੀਆਂ ਵੀ, ਸਾਰੇ ਮੋਬਾਈਲ ਵੇਖਦੇ ਨੇ। ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਉੱਠ ਕੇ ਤਜਦ ਦੀ ਨਮਾਜ਼ ਪੜ੍ਹੇ, ਅੱਲਾਹ ਦਾ ਜ਼ਿਕਰ ਕਰੇ, ਕੁਰਾਨ ਪਾਕ ਪੜ੍ਹੇ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਹਜ਼ੂਰ ਪਾਕ ਦਾ ਸੱਚਾ ਗੁਲਾਮ ਬਣ ਕੇ ਮਾਰਨ ਦੀ ਤੌਫੀਕ ਤਾ ਫਰਮਾਵੇ। ਅੱਲਾ ਪਾਕ ਹਜ਼ੂਰ ਪਾਕ ਦਾ ਸੱਚਾ ਗੁਲਾਮ ਬਣਾ ਕੇ ਫਿਰ ਮਾਰੀ, ਉਂਝ ਨਾ ਮਾਰੀ ਮੇਰਿਆ ਮਾਲਕਾ। ਅੱਲਾ ਪਾਕ, ਅੱਲਾ ਪਾਕ ਦੇ ਤਮਾਮ, ਅੱਲਾ ਪਾਕ ਨੇ ਕੁਰਾਨੇ ਪਾਕ ਜੋ ਸਾਨੂੰ ਲਿਖਿਆ, ਅੱਲਾ ਪਾਕ ਦੀ ਜ਼ਬਾਨ ਹੈ ਕੁਰਾਨੇ ਪਾਕ, ਜੋ ਕੁਰਾਨੇ ਪਾਕ 'ਚ ਲਿਖਿਆ ਨਾ ਪੜ੍ਹਨੇ ਆ ਸੀ, ਅੱਲਾ ਪਾਕ ਸਾਨੂੰ ਉਹਦੇ 'ਤੇ ਅਮਲ ਕਰਨ ਦੀ ਤੌਫੀਕ ਤਾ ਫਰਮਾਵੇ। ਤਮਾਮ ਦੁਨੀਆ ਜਿਤਨੇ ਮੁਸਲਮਾਨ ਬਿਮਾਰ ਨੇ ਉਹਨਾਂ ਨੂੰ ਸਿਹਤ ਤੰਦਰੁਸਤੀ ਤਾ ਫਰਮਾਵੇ, ਜਿੰਨੇ ਮੁਸਲਮਾਨ ਪਰੇਸ਼ਾਨ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਫਰਮਾਵੇ। ਅੱਲਾ ਪਾਕ ਸਾਨੂੰ ਸਾਰਿਆਂ ਨੂੰ 5 ਵਕਤ ਨਮਾਜ਼ ਪੜ੍ਹਨ ਦੀ ਬਾ ਜਮਾਤ ਨਮਾਜ਼ ਪੜ੍ਹਨ ਦੀ ਤੌਫੀਕ ਤਾ ਫਰਮਾਵੇ। ਮੇਰੇ ਦੋਸਤੋ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਅੱਲਾ ਪਾਕ ਸਾਨੂੰ ਆਪਣੀ ਪਨਾਹ 'ਚ ਰੱਖੇ, ਆਪਣੀ ਜਨਾਬ 'ਚ ਰੱਖੇ ਅਤੇ ਹਿਫਜ਼ੋ ਮਾਨ 'ਚ ਰੱਖੇ। ਲਓ ਦੋਸਤੋ, ਮੈਨੂੰ ਦਿਓ ਇਜਾਜ਼ਤ। ਅਸਲਾਮੁ ਅਲੈਕੁਮ ਵਰਹਮਤੁਲਾਹ।